ਰਿਸ਼ਤੇਦਾਰਾਂ ਦੇ ਜਾਂ ਮੁੰਡਾ ਕੇ ਬੜਾ ਪੜਿਆ ਲਿਖਿਆ ਫਾਰਮੈਸੀ ਪਾਲੀ ਉਹਨਾਂ ਨੇ ਵੀ ਆਪਣੀ ਕਿਤੇ ਪੜ੍ਹਾਈ ਦਾ ਉਹ ਇਹੋ ਜਿਹੇ ਮੈਨੂੰ ਬੜੇ ਚੰਗੇ ਲੱਗਦੇ ਵੇਖ ਲਾ ਪੜ੍ਹਾਈ ਲਿਖਾਈ ਕੀਤੀ ਉਹਨੂੰ ਕੋਈ ਲਾਲਚ ਨਹੀਂ ਵੀ ਮੈਂ ਬਾਹਰ ਹੀ ਜਾਣਾ ਤੇ ਮੈਂ ਅਮਰੀਕਾ ਕਨੇਡਾ 'ਚ ਜਾ ਕੇ ਹੀ ਵਸਣਾ ਵੇਖ ਲਾ ਉਹਨੇ ਕਿਆ ਸੋਣੀ ਇੱਥੇ ਫਾਰਮੈਸੀ ਦਵਾਈਆਂ ਦੀ ਦੁਕਾਨ ਪਾਈ ਆ ਵਧੀਆ ਬਿਜ਼ਨਸ ਚੱਲਦਾ ਮੁੰਡੇ ਦਾ ਕਿਤੇ ਐਂ ਏ ਸੀ ਥੱਲੇ ਬੈਠਾ ਰਹਿੰਦਾ ਅਤੇ ਕਿਤੇ ਗੋਰਾ ਚਿੱਟਾ ਅਖਬਾਰਾਂ ਪੜ੍ਹਦਾ ਅਤੇ ਦਵਾਈਆਂ ਕਿਹੜੀਆਂ ਲੋਕਾਂ ਨੇ ਲੈਣੋ ਹਟ ਜਾਣੀਆਂ ਇਹ ਤਾਂ ਜਿੰਨਾ ਤੱਕ ਜਹਾਨ ਹੈ ਅਤੇ ਤੁਰੀਆਂ ਰਹਿਣੀਆਂ ਸਗੋਂ ਹੋਰ ਭਾਵੇਂ ਵਾਧਾ ਵੱਧ ਜੇ ਅਤੇ ਨਾ ਇੱਕ ਦਿਨ ਭੈਣ ਜੀ ਉੱਥੇ ਨਾ ਬੱਸ ਆਈ ਨਾ ਆਈ ਨਾ ਅਤੇ ਮੈਨੂੰ ਧਿਆਨ ਆਇਆ ਮੈਂ ਹੈ ਮੁੰਡੇ ਦੀ ਫਾਰਮੈਸੀ ਦੀ ਆਪਣੀ ਦੁਕਾਨ ਚੱਲ ਮੈਂ ਅੰਦਰ ਜਾ ਧੁੱਪ ਬੜੀ ਮੈਂ ਅੰਦਰ ਜਾ ਕੇ ਬੱਸ ਦੀ ਵੇਟ ਕਰ ਲੈਂਦੇ ਐਂ ਗਏ ਬੜਾ ਸੋਹਣਾ ਭੈਣ ਜੀ ਫੈਂਟਾ ਫੁੰਟਾ ਪਿਆਇਆ ਸਾਨੂੰ ਨਾ ਅਤੇ ਉੱਥੇ ਤਾਂ ਭੈਣ ਜੀ ਬੈਠਿਆਂ ਬਹਿੰਦਿਆਂ ਨਾ ਤਿੰਨ ਚਾਰ ਇੱਦਾਂ ਦੇ ਗਾਹਕ ਆਏ ਵੀ ਮੈਨੂੰ ਤਾਂ ਨਾ ਦੁਨੀਆ ਦਾ ਹੀ ਚਾਨਣ ਹੋ ਗਿਆ ਉੱਥੇ ਦੁਕਾਨ 'ਤੇ ਬੈਠੀ ਨੂੰ ਆਇਆ ਇੱਕ ਮੁੰਡਾ ਅਤੇ ਲਹੂ ਲਹਾਣ ਹੋਇਆ ਕਿਤੇ ਇੱਦਾਂ ਜਿੱਦਾਂ ਕਿਤੇ ਉਹਦਾ ਦਿਲ ਹੀ ਬਾਹਰ ਆ ਗਿਆ ਹੁੰਦਾ ਅੰਦਰਾਂ ਹੀ ਬਾਹਰ ਆ ਗਈਆਂ ਹੁੰਦੀਆਂ ਅਤੇ ਇਹ ਤਾਂ ਮੁੰਡਾ ਮੈਂ ਤਬਕ ਗਈ ਮੈਂ ਕਿਹਾ ਹਾਏ ਹਾਏ ਵੇ ਇੱਥੇ ਕਾਹਨੂੰ ਤੁਰਿਆ ਆਉਂਦਿਆਂ ਜਾ ਕੇ ਹਸਪਤਾਲ ਜਾਂ ਡਾਕਟਰ ਦੇ ਕੋਲ ਜਾ ਆਹ ਕਹਿੰਦੇ ਉੱਥੇ ਕੋਲ ਜਾ ਕੇ ਆਪਣਾ ਟਾਈਮ ਖਰਾਬ ਕਰੇ ਇੰਨਾ ਇਹਨਾਂ ਦੇ ਪੈਸਾ ਮੰਗ ਲੈਂਦੇ ਆ ਅਤੇ ਇੱਥੇ ਹੀ ਦਵਾਈ ਦੇ ਦਿਓ ਇੱਥੇ ਮੈਂ ਹੈ ਮਰਦੇ ਹਾਂ ਤੈਨੂੰ ਇੰਨੇ ਇੱਥੇ ਟਾਂਕੇ ਲਾਉਣੇ ਆ ਵੀ ਫਾਰਮੈਸੀ ਇਕੱਲੀ ਦਵਾਈਆਂ ਦੀ ਦੁਕਾਨ ਆ ਦਵਾਈ ਲਿਖਾ ਕੇ ਲਿਆ ਉਹੀ ਦੇਵਾਂਗੇ ਇੰਨਾ ਤਾਂ ਸਾਨੂੰ ਵੀ ਪਤਾ ਹਾਏ ਹੈ ਭੈਣ ਜੀ ਉਹਦਾ ਦਿਲ ਕਿਤੇ ਬਾਹਰ ਅੰਦਰ ਲਮਕਿਆ ਪਿਆ ਅਤੇ ਉਹ ਕਰੇ ਮੈਂ ਡਾਕਟਰ ਦੇ ਹਸਪਤਾਲ ਨਹੀਂ ਜਾਣਾ ਇੱਥੇ ਮੈਨੂੰ ਦਵਾਈ ਛਿਕਾ ਦੇ ਦਿਓ ਮੈਂ ਹਾਂ ਇਹ ਹਸਪਤਾਲ ਥੋੜ੍ਹੀ ਆ ਉਹ ਤੋਂ ਬਾਅਦ ਫਿਰ ਨਾਲ ਇੱਕ ਜਨਾਨੀ ਆਈ ਕਿਤੇ ਉਹਦਾ ਵੀ ਭੈਣ ਜੀ ਪਤਾ ਨਹੀਂ ਕੀ ਹੋਇਆ ਸੀ ਆਹੇ ਨਹੀਂ ਡਾਕਟਰ ਕਹਿੰਦੀ ਪੈਸੇ ਬੜੇ ਲੈ ਲੈਂਦਾ ਹਸਪਤਾਲ ਕੌਣ ਜਾਵੇ ਗੇੜੇ ਮਾਰੇ ਕਹਿੰਦੀ ਇੱਥੇ ਮੈਨੂੰ ਦੱਸ ਦੇ ਮੈਂ ਉਹਨੂੰ ਕੀ ਪਤਾ ਵੀ ਤੈਨੂੰ ਕੀ ਚਾਹੀਦਾ ਕਿਹੜਾ ਨੁਸ਼ਕ ਪਿਆ ਹੋਰ ਕੀ ਆ ਅਤੇ ਫਿਰ ਉਹ ਮੁੰਡਾ ਮੇਰੇ ਨਾਲ ਬਹੁਤ ਹੱਸੇ ਵੀ ਅਤੇ ਥੋੜ੍ਹਾ ਜਿਹਾ ਹੋਰ ਤਰ੍ਹਾਂ ਵੀ ਹੋਵੇ ਕਹਿੰਦਾ ਵੀ ਦਿਹਾੜੀ 'ਚ ਇੱਦਾਂ ਦੇ ਬੜੇ ਲੋਕ ਆਉਂਦੇ ਆ ਕਹਿੰਦਾ ਡਾਕਟਰ ਦੇ ਕੌਣ ਜਾਵੇ ਡਾਕਟਰ ਦੀਆਂ ਫੀਸਾਂ ਕੌਣ ਦੇਵੇ ਜਾਂ ਹਸਪਤਾਲਾਂ ਦੇ ਕੌਣ ਗੇੜੇ ਕੱਢੇ ਇੱਥੇ ਹੀ ਦੇ ਦੇ ਕਈਆਂ ਦਾ ਤਾਂ ਕਹਿੰਦਾ ਦਿਮਾਗ ਦਿਲ ਬਾਹਰ ਹੀ ਲਮਕਣ ਡਿਆ ਹੁੰਦਾ ਕਈ ਵਾਰੀ ਕਿਸੇ ਦਾ ਐਕਸੀਡੈਂਟ ਉਹ ਬਸ ਕਹਿੰਦੇ ਇੱਥੇ ਹੀ ਸਾਨੂੰ ਫਾਰਮੈਸੀ ਨੂੰ ਉਹਨਾਂ ਨੇ ਹਸਪਤਾਲ ਸਮਝ ਲਿਆ ਵੀ ਇੱਥੇ ਹੀ ਦੇ ਦਿਓ ਸਾਨੂੰ ਕੋ ਸਾਰਾ ਕੁਛ ਤੂੰ ਹੀ ਸਾਨੂੰ ਦੱਸ ਦੇ ਵੀ ਇਹ ਰੋਗ 'ਤੇ ਸਾਨੂੰ ਕਿਹੜੀ ਦਵਾਈ ਚਾਹੀਦੀ ਵੀ ਫਿਰ ਡਾਕਟਰਾਂ ਦਾ ਅਤੇ ਹਸਪਤਾਲਾਂ ਦਾ ਕੀ ਕੰਮ ਰਹਿ ਗਿਆ ਹੈ ਅਤੇ ਮੈਂ ਹਾਂ ਵੀ ਤੌਬਾ ਤੌਬਾ ਕੋਈ ਚੀਜ਼ ਬਿਜ਼ਨਸ ਕਰਨੇ ਕਿਹੜੇ ਸੌਖੇ ਇਹਦੇ ਨਾਲ ਤਾਂ ਮੈਂ ਕਿਤੇ ਬਾਹਰ ਬੂਹਰ ਜਾ ਦਿਹਾੜੀ ਟੱਪਾ ਕਰੋ ਵਧੀਆ ਉੱਥੇ ਡਾਲਰ ਡੂਲਰ ਕਮਾਓ ਆਹ ਕੀ ਇਹਨਾਂ ਦੀਆਂ ਗੱਲਾਂ ਸੁਣੀ ਜਾਣ ਡੇ ਇੱਥੇ ਹੈ ਉੱਧਰ ਟਕੇ ਟਕੇ ਤਾਂ ਉਹ ਹੈ ਨਹੀਂ ਤਾਂ ਉਹ ਹੀ ਗੱਲਾਂ ਕਰੀ ਜਾਣਗੇ ਫਲਾਣੀ ਦਵਾਈ ਦੇ ਦੇ ਇਹ ਪੀ ਐੱਚ ਡੀਆਂ ਘਰੋਂ ਹੀ ਕਰਕੇ ਆਉਂਦੇ ਆ ਪੀ ਐੱਚ ਡੀਆਂ ਹੁੰਦੀਆਂ ਕਿ ਡਾਕਟਰਾਂ ਵਾਲੀ ਕੀ ਹੁੰਦੀ ਆ ਇਹ ਐੱਮ ਬੀ ਬੀ ਐੱਸ ਇਹ ਘਰੋਂ ਹੀ ਕਰਕੇ ਆਉਂਦੇ ਸਾਡੇ ਪਿੰਡ ਦੇ 50 ਲੋਕਾਂ ਨੇ ਕੀਤੀ ਆ ਨਾਲ ਜਾ ਕੇ ਦਵਾਈ ਦਾ ਨਾਂ ਰੰਗ ਪੂਰਾ ਡਿਜ਼ਾਇਨ ਦੱਸ ਦਿੰਦੇ ਵੀ ਆਹ ਵਾਲੀ ਦੇ ਦੇ ਠੀਕ ਹੋ ਜਾਣਾ ਸਾਨੂੰ ਲੋੜ ਕੋਈ ਉੱਥੇ ਜਾਣ ਦੀ ਨਾ ਬੜਾ ਸਰਿਆ ਪਿਆ ਮੈਂ ਕਹਿੰਦੀ ਬਹੁਤਾ ਹੀ ਜ਼ਿਆਦਾ